ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਆਸ ਕਰਦਾ ਤੁਸੀਂ ਸਾਰਿਆਂ ਨੇ ਬਹੁਤ ਹੀ ਵਧੀਆ ਹੋਵੋਗੇ। ਸ਼ੁਰੂ ਕਰਨ ਲੱਗਿਆ ਆਪਣਾ ਅੱਜ ਦਾ ਵਲੌਗ। ਸੋ ਬਈ ਟਾਈਮ ਜਿਹੜਾ ਹੋ ਚੁੱਕਿਆ ਹੈਗਾ ਜੀ 6:30, ਸੋ 15 ਮਿੰਟਾਂ ਦੀ ਦੇਰੀ ਆ ਉੱਠਣ ਦੇ ਵਿੱਚ ਵੀ, ਹਰੇਕ ਕੰਮ ਦੇ ਵਿੱਚ 15 ਮਿੰਟਾਂ ਦੀ ਦੇਰੀ ਹੋਣੀ ਹੈ, ਕਿਉਂਕਿ ਹੋਰ ਆਪਾਂ ਫਾਲਤੂ ਕਿਤੇ ਟਾਈਮ ਵੇਸਟ ਨਹੀਂ ਕਰਦੇ ਹੁੰਦੇ, ਜਿਹੜਾ ਕੰਮ ਆ ਉਹੀ ਕਰੀਦਾ ਗਾ। ਅਤੇ ਲੋਕ ਵੀ ਹੁਣ ਲੱਗਦੇ ਆਪਾਂ ਪੱਠੇ ਵੱਢਣ, ਤੋਂ ਡੈਡੀ ਵੀ ਆਉਂਦੇ ਆ, ਡੈਡੀ ਵੀ ਅੱਜ ਘਰੀ ਸੀ, ਕਹਿੰਦੇ ਮੈਂ ਆ ਗਿਆ ਆਪਾਂ ਰਲ ਕੇ ਵੱਢ ਦਿੰਦੇ ਹਾਂ, ਕਿਉਂਕਿ ਇਹਨਾਂ ਥਾਂ ਵਾਲਾ ਵੱਢਣਾ ਪਿਆ ਕਰੂਗਾ ਹੁਣ। ਹੁਣ ਇਹ ਵੇਖੋ ਪਹਿਲਾਂ ਕਿੱਥੇ ਤਾਂ ਐਡੇ ਐਡੇ ਲੰਮੇ ਪੱਠੇ ਹੋਣੇ, ਕਿੱਥੇ ਤਾਂ ਐਡਾ ਐਡਾ ਕੱਦ ਹੋਣਾ ਪੱਠਿਆਂ ਦਾ, ਕਿੱਥੇ ਹੈ ਨਾ ਜਮਾਂ ਹੀ ਨਿੱਕੇ ਜਿਹੇ ਰਹਿ ਜਾਣੇ ਵਿਚਾਰੇ ਮਧਰੇ ਜੇ, ਜਿਵੇਂ ਆਪਾਂ ਮਧਰਿਆਂ ਨੂੰ ਦੇਖ ਕੇ ਝੇਡਾਂ ਕਰਦੇ ਹੁੰਦੇ ਹਾਂ, ਛੋਟੇ ਕੱਦ ਵਾਲੇ ਨੂੰ ਉਵੇਂ ਦੇਖ ਦੇਖ ਕੇ ਉਹਨੂੰ ਕਰੀਦਾ ਵੀ ਕਿੱਥੋਂ ਪੰਗਾ ਲੈ ਲਿਆ ਯਾਰ ਬਣਾਇਆ ਦੇ ਨਾਲ, ਹੈ ਫਿਰ ਥਾਂ ਵਾਹਵਾ ਵੱਢਣਾ ਪੈਣਾ ਮੇਰੇ ਹਿਸਾਬ ਨਾਲ ਅੱਧੇ ਕਿਆਰੇ ਨੂੰ, ਸੋ ਫਿਰ ਕਿਤੇ ਜਾ ਕੇ ਗੱਲਬਾਤ ਬਣਨੀ ਆ। ਸੋ ਚਲੋ ਦੇਰੀ ਨਾ ਕਰਦੇ, ਫੋਨ ਨੂੰ ਰੱਖ ਕੇ ਪਾਸੇ ਅਤੇ ਦਾਤੀਆਂ ਨੂੰ ਚੱਕ ਕੇ ਹੱਥ 'ਚ ਅਤੇ ਪਿਸ਼ਕਿਓ। ਉਹੀ ਗੱਲਬਾਤ ਆ ਜਿਹੜੀ ਹੋ ਚੁੱਕੀ, ਅੱਧੇ ਕਿਆਰੇ ਦੇ ਨੇੜੇ ਪਹੁੰਚ ਗਿਆ, 2 ਪੰਡਾਂ ਹੋ ਗਈਆਂ, 3ਜੀ ਪੰਡ ਲੱਗੇ ਹੈਗੇ, ਅੱਧਾ ਅੱਜ ਅੱਧਾ ਕੱਲ੍ਹ ਨੂੰ, ਅਤੇ 1 ਦਿਨ ਦੇ ਆਹ ਪੱਠੇ ਹੋ ਜਾਣਗੇ, 3 ਕੁ ਦਿਨਾਂ ਦੇ ਪੱਠੇ ਹੈਗੇ ਆ। ਤੋਂ ਵਾਹ ਕੇ ਰੇਹ ਪਾਉਣੀ ਹੋਈ ਆਪਣੀ ਕਿਰਾਏ ਨਾਲ ਖਿੱਚ ਕੇ ਟਰੈਕਟਰ ਮਗਰ ਤਾਂ ਰੇਹ ਪਾ ਦਿਆਂਗੇ, ਤਾਂ ਫਿਰ ਇਹਦੀ ਕਰਕੇ ਦਬੜੂ ਘੁਚੜੂ ਹਰਾਉਣੀ ਰੂਣੀ, ਅਤੇ ਇਹਦੇ 'ਚ ਬੀਜ ਦਿਆਂਗੇ ਚਰੀ, ਤਾਂ ਜੋ ਪੱਠੇ ਮਗਰੋਂ ਮਗਰੀ ਹੋਈ ਜਾਣ। ਇਹਨੂੰ ਹੁਣ ਵਾਢਾ ਲਾ ਲਾਂਗੇ, ਫਿਰ ਜਦੋਂ ਇਹ ਮੁੱਕੂਗਾ ਤੁਹਾਨੂੰ ਉਹ ਆਪਣਾ ਹੋ ਜੂਗਾ। ਅਤੇ ਲਓ ਵੀ ਚਲੋ ਰੱਖ ਗਏ ਪੱਠੇ ਘਰੇ, ਅਤੇ ਇਸ ਤੋਂ ਬਾਅਦ ਚਾਹ ਦੁੱਧ ਪੀਂਦੇ ਹੈਗੇ, ਉਸ ਤੋਂ ਬਾਅਦ ਜਾਣਾ ਆਪਣੇ 50 ਤੋਲੇ ਵਾਲੇ ਚਾਚੇ ਦਾ ਫੋਨ ਆਇਆ ਸੀਗਾ, ਉਹਦੀ ਚਾਹ ਲੈ ਕੇ ਆਉਣੀ। ਕਦੋਂ ਤੈਨੂੰ ਆਇਆ ਸੀ ਫੋਨ? ਅੱਛਾ, ਅਤੇ ਚਾਚੇ ਨਾਲ ਚਾਹ ਫੜਾ ਆਵਾਂਗੇ ਅਤੇ ਨਾਲੇ ਜਾ ਆਵਾਂਗੇ। ਸੋ ਚਲੋ ਚੱਲ ਗਏ ਫਿਰ, ਫੜ ਕੇ ਜਦੋਂ ਮੈਂ ਉੱਠਾ ਸੁੱਤੀ ਜਾਗਦੀ ਪਈ, ਲੱਤਾਂ ਬਾਹਾਂ ਮਾਰੀ ਜਾਂਦੀ, ਜਦੋਂ ਮੈਂ ਆ ਕੇ ਬੁਲਾਉਣ ਲੱਗ ਗਏ ਨਾਲ ਦੀ ਨਾਲ ਅੱਖਾਂ ਮੀਚ ਗਈ। ਤੁਹਾਨੂੰ ਪਤਾ ਨੀ ਲੱਗਾ ਮੋਟਰ ਦਾ ਪੜਾਕਾ ਪਵਾਤਾ ਤੁਸੀਂ? ਬਾਹਰ ਜਾ ਕੇ ਵੇਖ, ਹੋਰ ਮੋਟਰ ਦਾ ਪਾਣੀ ਨੀ ਆਉਂਦਾ ਮੋਟਰ ਚ, ਚੱਲੀ ਜਾਂਦੀ ਆ ਮੋਟਰ ਤੋਂ, ਉਦੋਂ ਦੀ ਪਾਣੀ ਨੀ ਆ ਰਿਹਾ, ਮੋਟਰ ਚੱਲੀ ਜਾਂਦੀ ਆ। ਕਦੋਂ ਗਾ? ਹੁਣ ਹੀ ਤਾਂ ਅਸੀਂ ਆਏ, ਹੁਣ ਤਾਂ ਹੈ ਨੀ, ਪਾਣੀ ਨੀ ਆਉਂਦਾ, ਦੇਖ ਕੇ ਆ ਗਾ, ਦੇਖ ਕੇ ਆ। ਪਾਣੀ ਤਾਂ ਪਾ ਕੇ ਆਈਏ, ਮੈਂ ਤੈਨੂੰ ਐਂ ਤੈਨੂੰ ਕਿਹਾ ਪਾਣੀ ਨੀ ਪਾ ਕੇ ਆਈ, ਹੁਣ ਨੀ ਚੱਲ ਰਹੀ, ਪਰ ਤੜਕੇ ਤੜਕੇ ਨਵਾਂ ਯਾਰ, ਕਿੰਨੇ ਨਵੇਂ ਤੋਂ ਨਵਾਂ ਹਲਾ ਪਾਉਂਗੇ, ਕੋਈ ਨਾ ਕੋਈ ਖੜਾ ਹੋ ਜਾਂਦਾ ਗਾ, ਤੜਕੇ ਨਵਾਂ ਹੋ ਗਿਆ, ਮੋਟਰ ਚੱਲੀ ਜਾਂਦੀ, ਪਾਣੀ ਨੀ ਚੱਕ ਰਹੀ, ਪਤਾ ਨੀ ਕੀ ਹੋ ਗਿਆ ਇਹਨੂੰ ਵਿਚਾਰੀ ਨੂੰ। ਅਸੀਂ ਤਾਂ ਹੁਣੇ ਆ ਕੇ ਵੇਖਿਆ, ਪਾਣੀ ਆਉਂਦਾ ਹੀ ਨੀ ਸੀਗਾ, ਮੋਟਰ ਚੱਲੀ ਜਾਂਦੀ ਆ। ਐ ਛੱਡ ਪਾਜ ਵਤਨ ਸੁੱਤਾ ਪਿਆ ਗਾ, ਲੈ 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 ਇਹ ਦੇਖ, ਇਹ ਚੱਲ ਨੀ ਯਾਰੀ ਨਾਲ ਆ ਤੰਗ ਨੀ ਕਰਦੀ ਵੀਰੇ, ਆਪਾਂ ਨੂੰ ਤੈਨੂੰ ਤੰਗ ਕਰਦੀ, ਦਵਿੰਦਰ ਨੂੰ ਤੰਗ ਕਰਦੀ ਰਾਤ ਓਹੋ ਐਂ ਚਾਹਦੀ ਆ। ਦਵਿੰਦਰ ਕਹਿੰਦੀ ਮੈਂ ਮਾਰੂ ਢੋਡਾ, ਹਾਂ ਯਾਰ ਉੱਠਦੀ ਨੀ ਗੀ, ਪਤਾ ਨੀ ਕੀ ਗੱਲ ਆ, ਮੇਰੇ ਕੋਲੇ ਆ ਕੇ ਤਾਂ ਨਾ ਅੱਖਾਂ ਘੱਟ ਹੀ ਖੋਲਦੀ ਹੈਗੀ। ਹੁਣ ਉੱਠੂਗੀ ਜਦੋਂ ਮੇਰੇ ਕੱਪੜੇ ਬਦਲਣੇ ਹੋਣ ਦੇਖੀ, ਥੋੜਾ ਜਿਹਾ ਮੈਨੂੰ ਡਰਦੀ ਆ ਨਾ, ਫਿਰ ਮਾਂ ਪਿਓ ਤੋਂ ਬੰਦਾ ਡਰ, ਮਾਂ ਪਿਓ ਤੋਂ ਡਰਨਾ, ਡਰ ਚਾਹੀਦਾ ਵੀ ਆ, ਨਵੇਂ ਕੱਪੜੇ ਵੀ ਆਉਣਗੇ ਮੇਰੇ ਪੁੱਤੂ ਦੇ, ਮੇਰੇ ਪੁੱਤੂ ਦੇ ਨਵੇਂ ਕੱਪੜੇ ਆਉਣਗੇ, ਉਹਨੂੰ ਦੇ ਪਜਾਮੀ ਦੇ ਕਿਤੇ ਚੜਾਈ ਕਮਾਂਡੋ ਵਾਲਿਆਂ ਨੂੰ, ਢਿੱਡ ਤੇ ਕਰੀ ਪਈ, ਢਿੱਡ ਤੇ ਕਿਹੜੀ ਸਰੀ ਦਾ ਤਾਂ ਕੀਤੀ ਆ ਇਹਦੀਆਂ ਜਿਹੜੀਆਂ ਹਾਲੇ ਤੈਨੂੰ।
ਅਸੀਂ ਡੇੜੇ ਹੱਥ ਆ ਕਿਤੇ ਆਖੋ ਮੂੰਹ ਚ ਨਾ ਮਾਰੀ ਵਿਚਾਰੀ ਦੇ ਕਿ ਪਾਪੇ ਜਦੋਂ ਮੈਂ ਰੋਨੀ ਨੀ ਉਦੋਂ ਤੁਸੀਂ ਜਗਾਉਂਦੇ ਨੀ ਖੰਘ ਆਈ ਏ ਹੁਣ ਜ਼ਿਆਦਾ ਨਾ ਵੱਜੇ ਕੰਮ ਨਹੀਂ ਵੱਧਦਾ ਆਪਣੇ ਜਾਨਵਰ ਆ ਜਿਹੜੇ ਨਾ ਸਾਰੇ ਬਾਹਰ ਖੜੇ ਹੈਗੇ ਪਰ ਚਲੋ ਕੋਈ ਗੱਲ ਨਹੀਂ ਬਾਈ ਨੂੰ ਫੋਨ ਕਰਿਆ ਬਸੰਤ ਨੂੰ ਕਹਿੰਦਾ ਮੈਂ ਰੋਟੀ ਰੋਟੀ ਖਾ ਕੇ ਆਉਣਾ 20 ਮਿੰਟ ਤਾਈਂ ਇੱਧਰ ਖਾਲੀ ਦਾਲ ਵਾਲੇ ਵੀ ਕਹਿੰਦੇ ਪਏ ਆ ਜੀ ਸੋ ਹੁਣ ਆਪਾਂ ਲੱਗਦੇ ਹਾਂ ਕਿ ਇੱਧਰ ਕਰ ਲਈਏ ਮੈਂ ਕਿਹਾ ਆਪਣੇ ਨਾਲ ਮੁਰਕ ਜੀ ਵਾਹਵਾ ਹੋਈ ਪਈ ਸੀਗੀ ਇਹਦੇ 'ਚ ਘਾਹ 'ਚ ਮੈਂ ਕਿਹਾ ਚਲੋ ਉਨਾ ਚਿਰ ਵਿਹਲੇ ਹੈਗੇ ਤਾਂ ਇਹੀ ਕੱਢ ਲਈਏ ਭਾਪਾ ਨਾਲ ਖੜੇ ਰਹਿੰਦੇ ਕੋਈ ਨੂੰ ਇੱਕ ਵਾਰੀ ਬਾਈ ਨੂੰ ਆ ਆਉਂਦੇ ਨਾ ਜੇ ਚੱਲ ਪੀ ਤਾਂ ਨਵਾ ਕੇ ਕਰ ਦਿਆਂਗੇ ਅੰਦਰ ਅਤੇ ਨਹੀਂ ਤਾਂ ਫਿਰ ਐਂ ਬੰਨ ਦਿਆਂਗੇ ਆਹ ਦੇਖੋ ਵਾਹਵਾ ਮੁਰਕ ਜੀ ਹੋਈ ਪਈ ਆ ਜਿਹੜਾ ਉੱਪਰਾ ਜਿਹਾ ਘਾਹ ਨਾ ਆਹ ਵਾਲਾ ਸਾਰਾ ਇਹ ਪੱਟਦੇ ਹਾਂ ਹੁਣ ਹਜੇ ਨੀਂਦਰਾਂ ਆਈ ਜਾਂਦੀਆਂ ਗੀਆਂ ਨੀਂਦ ਆਉਂਦੀ ਆ ਕਿਉਂ ਰਾਤ ਇਹਦਾ ਜਗਰਾਤਾ ਹੋਇਆ ਵਾਹਵਾ ਕਿੰਨਾ ਘੰਟਾ ਤਿੰਨ ਘੰਟੇ ਨਹੀਂ ਰੋਂਦੀ ਤਾਂ ਉਹ ਹੈ ਨੀਗੀ ਇਹ ਪਤਾ ਚੱਕਰ ਕੀ ਹੈ ਪੀਤੇ ਰਹੀਆਂ ਬਾਹਾਂ 'ਚ ਚੱਕ ਕੇ ਉਹਨੂੰ ਐਂ ਐਂ ਬਣਾ ਬਈ ਐਂ ਝੂਟੇ ਦਿੰਦੀਆਂ ਉਹ ਫਿਰ ਉਹਦੇ 'ਤੇ ਗਿਝਦੀ ਹੈ ਵੀ ਹਾਂ ਮੈਨੂੰ ਝੂਟੇ ਨਹੀਂ ਦਿੰਦੇ ਰਾਤ ਨੂੰ ਲਾਈਟਾਂ ਬੰਦ ਹੁੰਦੀਆਂ ਨਾ ਤਾਂ ਵੀ ਨਹੀਂ ਅੱਖਾਂ ਬੰਦ ਕਰਦੀ ਉਹ ਕਿੱਥੇ ਐਂ ਪੈਣੀ ਰੋਸ਼ਨੀ ਬੱਚੇ ਦੇ ਉੱਤੇ ਕਿੱਥੇ ਐਂ ਤਾਂ ਉਹਨੂੰ ਪੈਣੀ ਛੱਤ ਕੰਨੀ ਨੂੰ ਉਹਦੀਆਂ ਅੱਖਾਂ 'ਤੇ ਨਹੀਂ ਨਾ ਉਹਦੇ ਨਾਲ ਹੁੰਦਾ ਰਾਤ ਨੂੰ ਇਹ ਝੂਟਿਆਂ ਦੀ ਇਹਨੂੰ ਆਦਤ ਪੈ ਗਈ ਮੈਂ ਪੀਤਰ ਨੂੰ ਕਹਿਣਾ ਵੀ ਇਹਨੂੰ ਚੱਕਿਆ ਘੱਟ ਕਰੋ ਗੋਦੀ ਦੇ ਵਿੱਚ ਵੀ ਚੱਲ ਜਿੰਨੀ ਪਈ ਹੈਗੀ ਜਦੋਂ ਚੱਕਦੇ ਹਾਂ ਆਪਾਂ ਉਦੋਂ ਝੂਟੇ ਦਿੰਦੇ ਫਿਰ ਜਵਾਕ ਉੱਥੇ ਗਿੱਝ ਜਾਂਦਾ ਅੱਜ ਨਾ ਯਾਰ ਮੱਖੀਆਂ ਦਾ ਹੱਲ ਕਰਕੇ ਇੱਥੇ ਮੈਂ ਦਵਾਈ ਰੱਖ ਕੇ ਪਾਉਣਾ ਤੰਗ ਹੀ ਬਹੁਤ ਕੀਤਾ ਫਿਰ ਪਤਾ ਨਹੀਂ ਕਿੱਥੋਂ ਦਫ਼ਾ ਹੋਊਗਾ ਨਾ ਇਹ ਤਾਂ ਆਪਣੇ ਕੋਲ ਹੈਗੀ ਆ ਦਵਾਈ ਉਹਨਾਂ ਬਈ ਗੱਟੇ 'ਤੇ ਵਿਛਾ ਕੇ ਨਾ ਗੱਟਾ ਅਤੇ ਰੇਹ ਵਾਲਾ ਅਤੇ ਉਹਦੇ ਉੱਤੇ ਮਾੜੀ ਜਿਹੀ ਖੰਡ ਜੀ ਮਤਲਬ ਉਹ ਕਰਦੇ ਛਿੜਕ ਜੇ ਦੇਵੇ ਅਤੇ ਉੱਤੇ ਦਵਾਈ ਛਿੜਕਦੇ ਐਂ ਕਹਿਣਾ ਫੱਟੇ ਚੱਕੀ ਤਰੂੰਗਾ ਉਹਨੂੰ ਕੀ ਦੇਸੀ ਖੰਡ ਬਣਾ ਲਵੇ ਚਲੋ ਯਾਰ ਹਜੇ ਅੰਕਲ ਦਾ ਤਾਂ ਐਂ ਆ ਟਾਈਮ ਪਤਾ ਨਹੀਂ ਘੰਟਾ ਲੱਗ ਜਾਏਗਾ ਅੱਧਾ ਘੰਟਾ ਲੱਗ ਜਾਏ ਪਸ਼ੂ ਤਾਂ ਅੰਦਰ ਕਰ ਗਏ ਪਸ਼ੂ ਵਿਚਾਰੇ ਹੌਂਕਣ ਲੱਗ ਗਏ ਮੱਚੀ ਜਾਂਦੇ ਇਹ ਟੋਏ ਡੂੰਘੇ ਵਾਲੀ ਨੀ ਗੀ ਤਾਂ ਮੱਛੀ ਹੈ ਸਿੱਧੀ ਵਿੱਚ ਹੀ ਸਿੱਟਣੀ ਪੈਂਦੀ ਗੜਾਚਦੇ ਨੇ ਪਾਣੀ 'ਚ ਪਾਣੀ ਨਹੀਂ ਕੋਈ ਮੋਟਰ 'ਚ ਪ੍ਰੋਬਲਮ ਹੋ ਗਈ ਉਹ ਵੀ ਬਾਈ ਤਾਂ ਹਜੇ ਆਇਆ ਨਹੀਂ ਗਾ ਪਰ 9 ਵੱਜ ਗਏ ਉੱਧਰ ਮਾਤਾ ਦੇ ਬਲੱਡ ਦਾ ਜਿਹੜਾ ਸੈਂਪਲ ਦੇ ਅੱਗੇ ਅਤੇ ਪਰ ਰਾਹ 'ਚ ਇਹਨਾਂ ਨੇ ਹੋਰ ਕੰਮ ਫਸਾ ਲਿਆ ਅੱਗੇ ਸੂਟ ਵੀ ਫੜ ਕੇ ਲਿਆ ਕੇ ਦੀ ਸਾਡੇ ਸੌਂਤੇ ਪਏ ਆ ਅਤੇ ਚਲੋ ਕਰਵਾ ਕੇ ਫਿਰ ਇਹ ਕੰਮ ਤਾਂ ਜਦੋਂ ਬਾਈ ਆ ਗਿਆ ਡੈਡੀ ਫੋਨ ਮਾਰ ਦੂ ਉਦੋਂ ਭੱਜਾਵਾਂਗੇ ਕਰਾ ਤਾ ਜਿਹੜਾ ਬਲੱਡ ਟੈਸਟ ਸੀਗਾ ਬਲੱਡ ਦੇ ਤਾ ਗਾ ਕੱਲ੍ਹ ਨੂੰ ਹੁਣ ਮਤਲਬ ਰਜਿਸਟ੍ਰੇਸ਼ਨ ਦਾ ਮੈਸੇਜ ਆ ਜੂਗਾ ਉਹਦੇ ਤੋਂ ਬਾਅਦ ਜਦੋਂ ਟੈਸਟ ਹੋ ਗਿਆ ਉਦੋਂ ਮੈਸੇਜ ਆ ਜੂਗਾ ਅਤੇ ਸਵੇਰੇ ਆ ਜੂਗੀ ਰਿਪੋਰਟ ਕਿਉਂਕਿ ਰਿਪੋਰਟਾਂ ਮੈਨੂੰ ਲੱਗਦਾ ਬਠਿੰਡੇ ਤੋਂ ਤਿਆਰ ਹੋ ਕੇ ਆਉਂਦੀਆਂ ਗੀਆਂ ਤੋ ਸਵੇਰੇ ਫੜ ਕੇ ਲੈ ਜਾਂਗੇ ਹੁਣ ਫੜ ਗਏ ਬੱਬੂ ਰੰਗਾਂ ਦੇ ਸੂਟ ਸਾਟ ਅਤੇ ਚੱਲ ਗਏ ਘਰ ਨੂੰ ਉਹ ਜੀ ਮੋਟਰ ਖੋਲ੍ਹ ਕੇ ਪਾਈਪਾਂ ਰੱਖਤੀਆਂ ਸਾਈਡ 'ਤੇ ਸੋ ਮੋਟਰ ਤਾਂ ਜਿਹੜੀ ਪਰਮਾਤਮਾ ਦੀ ਕਿਰਪਾ ਨਾਲ ਵਧੀਆ ਲਓ ਜੀ ਅੱਜ ਤੁਹਾਡੀ ਆਪਾਂ ਮੰਨ ਲਈ ਅੱਜ ਆਪਾਂ ਥਾਂ ਧੂੰਦੇ ਹੀ ਨਹੀਂ ਗੇ ਮੋਟਰ ਤਾਂ ਵੈਸੇ ਆਪਣੀ ਸਾੜੀ ਆ ਜਿਹੜੀ ਓਕੇ ਰਿਪੋਰਟ ਆ ਗਈ ਸਾਰੀ ਸੋ ਇਹ ਮੱਛੀ ਦੇ ਉੱਤੇ ਨਾ ਇੱਕ ਐਡਾ ਸਾਰਾ ਹੋਰ ਪੰਪ ਜਿਹਾ ਕਸਿਆ ਹੁੰਦਾ ਰੂਟਰ ਕਹਿੰਦੇ ਉਹਨੂੰ ਸੋ ਉਹ ਖਰਾਬ ਹੋ ਗਿਆ ਹੈਗਾ ਹੋਰ ਸਾਰਾ ਕੁਝ ਸਹੀ ਆ ਹੁਣ ਉਹ ਬਾਈ ਲੈ ਗਿਆ ਰਿਪੇਅਰ ਕਰਾ ਕੇ ਲਿਆਊਗਾ ਘੱਟੋ ਘੱਟ 2-3 ਘੰਟੇ ਲੱਗਣੇ ਹੈਗੇ ਰਿਪੇਅਰ ਨੂੰ ਉਹ ਤੋਂ ਬਾਅਦ ਕੱਸ ਕੇ ਮੋਟਰ ਚਲਾਵਾਂਗੇ ਘੁੰਮ ਘੁੰਮ ਰਹਿ ਗਏ ਲਸਣ ਪੱਟਣੀ ਸੀਗੀ ਉਹ ਰਹਿ ਗਈ ਜਾਂ ਗੁੱਡਿਆ ਜਾਂਦਾ ਉਹ ਵੀ ਰਹਿ ਗਿਆ ਹੁਣ ਕੱਲ੍ਹ 'ਤੇ ਜਾਗਣੋ ਗੱਲਾਂ ਕਿਉਂਕਿ ਟਾਈਮ ਹੀ 11 ਵੱਜ ਗਏ ਬਿਨਾਂ ਨਾ ਯਾਰ ਬਾਕੀ ਜ਼ਿੰਦਗੀ ਜਿਹੜੀ ਅਧੂਰੀ ਆ
ਮੋਟਰ ਹਜੇ ਠੀਕ ਆਪਣੇ ਹੋਈ ਨਹੀਂ ਗੇ, ਸਵਾ ਤਿੰਨ ਦਾ ਟਾਈਮ ਹੋ ਗਿਆ। ਪੀਤੇ ਦੀ ਵਿਚਾਰੀ ਦੀ ਉਵੇਂ ਪਈ ਹੈਗੀ ਵਾਸ਼ਿੰਗ ਮਸ਼ੀਨ, ਅੱਜ ਤਾਂ ਨਾ ਪੰਗਾ ਹੀ ਪੈ ਗਿਆ। ਪਰ ਨਾ ਯਾਰ ਕਰਿਆ ਵੀ ਕੀ ਯਾਰ, ਮੋਟਰ ਚਲੋ ਚੱਲਦੀ ਵੀ ਹੈਗੀ ਹੈਗੀ ਆਪਣੀ, ਅਤੇ ਪਰ ਬਾਈ ਕਹਿੰਦਾ ਮੈਂ ਆਉਣਾ ਮੈਂ ਰੋਟੀ ਖਾ ਕੇ, ਕਿਉਂਕਿ ਮੋਟਰ ਦਾ ਵੈਸੇ ਉਹ ਰੈਗੂਲੇਟਰ ਜਿਹਾ ਠੀਕ ਤਾਂ ਕਰ ਲਿਆ, ਹੁਣ ਤਾਂ ਬਸ ਇਕੱਲੀ ਆ ਕੇ ਕਾਸਕੇ ਦੇ ਵਿੱਚ ਸੁੱਟ ਕੇ ਅਤੇ ਫੜਨ ਦੇ ਨੇ ਚਲਾਉਣੀ ਹੈਗੀ। ਵਿਚਾਰੀਆਂ ਅੱਜ ਸਾਡੀਆਂ ਬੁੱਗੀਆਂ ਗੁੱਗੀਆਂ ਵੀ ਜਿਹੜੀਆਂ ਗਈਆਂ ਨਾ ਧਿਆਂਗਾ ਗਈਆਂ ਇਹ ਵੀ, ਤਾਂ ਕਰਕੇ ਵੀ ਟਿੱਕੀਆਂ ਬੈਠੀਆਂ, ਪਰ ਪੱਠੇ ਵੀ ਨਹੀਂ ਹੋਰ ਪਾਏ, ਕਿਉਂਕਿ ਜੇ ਪਾਣੀ ਪੀਣ ਗਈਆਂ ਤਾਂ ਫਿਰ ਹੀ ਪੱਠੇ ਹੋਰ ਖਾਣਗੀਆਂ ਨਾ ਪੁੱਤਾਂ। ਹੁਣ ਚਲੋ ਆਪਾਂ ਆਪਦੇ ਪੱਠੇ ਪੁੱਠੇ ਕੁੱਤਣ ਲੱਗੀ, ਸਵਾ ਤਿੰਨ ਦਾ ਟਾਈਮ ਹੋ ਗਿਆ, ਚਲੋ ਜਦੋਂ ਬਾਈ ਆਊਗਾ ਉਦੋਂ ਫਿਰ ਅੱਧਾ ਘੰਟਾ ਆਪਣਾ ਉੱਧਰ ਵੇਸਟ ਹੋ ਜਾਣਾ ਗਾ। ਲਓ ਜੀ ਬਾਈ ਵੀ ਆ ਗਿਆ ਗਾ, ਅਤੇ ਮੋਟਰ ਸੈੱਟ ਕਰੀ ਜਾਂਦੇ ਹੈਗੇ, ਚਲਾ ਲੈਣ ਦੱਸਾਂ 15 ਮਿੰਟ ਤਾਂ ਹੀ ਫਿਰ ਆਉਣੀ ਯਾਰ, ਪਾਣੀ ਤੋਂ ਬਿਨਾਂ ਜ਼ਿੰਦਗੀ ਅਧੂਰੀ ਹੈ ਨਾ। ਅਤੇ ਇੱਧਰ ਵੀ ਆ ਗਏ ਪਰ ਸ਼ਿਮਲੇ ਵਾਲੇ ਮਟਰ ਕਢਵਾ ਕੇ, ਹੁਣ ਬਣਾਉਣੇ ਚੌਲ ਵੱਧ ਗਿਆ ਜੀ, ਅਤੇ ਫਿਰ ਛਕਾਂਗੇ ਭੁੱਖ ਬਹੁਤ ਨਹੀਂ ਆਇਆ। ਲਓ ਜੀ ਰਾਈਸ ਆਪਣੇ ਬਣ ਕੇ ਤਿਆਰ ਆ ਗਏ, ਸ਼ਿਮਲੇ ਵਾਲੇ ਮਟਰ ਲੈ ਕੇ ਆਉਂਦੇ ਸੀਗੇ ਅਤੇ ਮਿੱਠੇ ਮਿੱਠੇ ਬਣੇ ਹੈਗੇ, ਕਿਉਂਕਿ ਮਟਰ ਆ ਨਾ ਜਿਹੜਾ ਵਧੀਆ ਹੈ, ਨਹੀਂ ਤਾਂ ਜਿਹੜਾ ਪੈਕਟ ਵਾਲਾ ਮਟਰ ਹੁੰਦਾ ਨਾ ਉਹ ਬੜੇ ਸਵਾਦ ਨਹੀਂ ਬਣਦੇ। ਸੋ ਰਾਈਸ ਵਗੈਰਾ ਛੱਕ ਦਿਆਂਗੇ, ਇਹ ਤੋਂ ਬਾਅਦ ਚੱਲਦੇ ਹਾਂ ਮੰਡੀ ਅਤੇ ਫਿਰ ਆ ਕੇ ਬਾਕੀ ਦੇ ਕੰਮ ਕਾਰ ਕਰਾਂਗੇ। ਕੰਮ ਕਾਰ ਤਾਂ ਆਲਮੋਸਟ ਆ ਜਿਹੜੇ ਆਪਣੇ ਨਿਬੜੀ ਗਏ, ਪੀਤਰੀਆਂ ਦਾ ਰਹਿ ਗਿਆ ਅੱਜ, ਕਿਉਂਕਿ ਮੋਟਰ ਹੀ ਅਜੇ ਹੁਣ ਜਾ ਕੇ ਠੀਕ ਹੋਈ, ਹੋ ਗਿਆ ਆਪਣਾ ਵੀ ਨਿਬੜ ਤੇ ਪੱਠੇ ਕੱਪੜੇ ਨਿਬੇੜ ਕੇ ਬੇਹ ਰਹੀ ਇੱਥੇ ਬਈ। ਹੁਣ ਸਵਾਦ ਇੱਕ ਗੱਲ ਦਾ ਆ ਜਾਣਾ ਗਾ, ਚੌਲਾਂ ਨਾਲ ਆਪਣੀ ਆਉਣੀ ਆ ਲੱਸੀ, ਲੱਸੀ ਬਣਵਾ ਲਈ ਤਿਆਰ ਕਰਵਾ ਲਈ ਮੰਮੀ ਤੋਂ, ਪਾ ਕੇ ਕਾਲਾ ਨੂਣ ਤਾਂ ਸਿਰੇ ਹੀ ਲੱਗ ਜੂ। ਕਿਸੇ ਚੀਜ਼ ਦਾ ਕੋਈ ਟਨ ਨਹੀਂ ਹੈਗਾ, ਸਾਢੇ ਪੰਜ ਵੱਜ ਗਏ, ਤੇ ਲੋ ਵੀ ਛੱਕੀਏ ਫਿਰ ਚੱਲਦੇ ਆ ਮੰਡੀ। ਮੈਂ ਮੰਮੀ ਕਹਿੰਦੀ ਮੰਡੀ ਸਾਰੇ ਟੱਪਰ ਲੈ ਜਾਣਾ, ਮੈਂ ਕਿਹਾ ਮਸਾ ਤਾਂ ਮੌਕਾ ਮਿਲਦਾ ਜਾਣ ਦਾ। ਦੇਖੋ ਹੁਣ ਬਹੁਤ ਔਖਾ ਲੱਗਦਾ ਹੋਊਗਾ ਨਾ, ਹਾਂ ਜਾ ਵੜਦੀ ਹੈ। ਚਲੋ ਬਈ ਕਮ ਆਨ ਲੈਟਸ ਗੋ ਬੇਬੀ। ਲਓ ਵੀ ਹਜੇ ਆਪਾਂ ਘਰੋਂ ਨਿਕਲੇ ਸੀਗੇ ਤੇ ਇਧਰੋਂ ਜਿਹੜੀ ਸ਼ੀਸ਼ੇ ਦੇ ਵਿੱਚ ਸੂਰਜ ਦੀ ਜਿਹੜੀ ਰੋਸ਼ਨੀ ਪੈ ਰਹੀ ਸੀ, ਵੀ ਤੇ ਕਹਿੰਦੀ ਲੀਸੇ ਦੀ ਚਮਕੋਰ ਆ, ਲੀਸੇ ਦੀ ਚਮਕੋਰ ਆ, ਕੋਈ ਗੱਲ ਪਤਾ ਨੀ ਕਿਹੜੇ ਪਾਸੇ ਦਿਮਾਗ ਚੱਲੀ ਜਾਂਦਾ ਸੀ। ਤੇ ਲਓ ਵੀ ਹੁਣ ਚੱਲਦੇ ਆ ਮੰਡੀ, ਮੰਡੀ ਇੱਕ ਤਾਂ ਆਪਣੇ ਤਾਜ ਵਦਨ ਦੇ ਲਈ ਹਨਾ ਕੋਈ ਕੱਪੜੇ ਲੈਣੇ ਸੀਗੇ ਇਹਨਾਂ ਨੇ, ਕਿਉਂਕਿ ਕਹਿੰਦੀਆਂ ਰਾਤ ਨੂੰ ਜਿਹੜਾ ਰੌਂਪਰ ਨਹੀਂ ਹੁੰਦਾ ਸਾਰੀਆਂ ਬਾਹਾਂ ਬੂਹਾਂ ਵੀ ਲੱਤਾਂ ਲੁੱਤਾਂ ਵਿੱਚ ਹੀ ਕਵਰ ਹੋ ਜਾਂਦੇ, ਕਹਿੰਦੇ ਉਹ ਲੈ ਕੇ ਆਉਣਾ ਹੈਗਾ, ਸੋ ਉਹ ਦੇਖਣੇ ਹੈਗੇ ਤੇ ਬਾਕੀ ਇੱਕ ਦੋ ਕੰਮ ਚਲੋ ਇਹਨਾਂ ਨੂੰ ਆਪਦੇ ਹੋਰ ਆ, ਤੁਹਾਨੂੰ ਪਤਾ ਬੁੜੀਆਂ ਸੂਟਾਂ ਸੱਟਾਂ ਦਾ ਕੰਮ ਕਿੱਥੇ ਮੋਕਦੀਆਂ, ਤੇ ਚਲੋ ਇਹਨਾਂ ਕੰਮ ਕਰਵਾ ਕੇ ਤੇ ਅੱਜ ਨਾਲੇ ਫਾਈਨਲੀ ਆਪਾਂ ਜਿਹੜੀ ਹੈ ਨਾ ਰਜਾਈ ਵੀ ਫੜ ਕੇ ਲਿਆਉਣੀ ਆ। ਮੈਂ ਸੱਚ ਇਹਨੂੰ ਫੋਨ ਕਰਦਾ ਬਾਈ ਬਣ ਕੇ ਦੁਕਾਨ 'ਤੇ ਲਿਆ ਕੇ ਰੱਖ ਜਾ, ਅੱਜ ਨਹੀਂ ਛੱਡਣੀ, ਨਿੱਤ ਜਿੱਦਣ ਜਾਂਦਾ ਆਪਾਂ ਕਹਿ ਦਿੰਦਾ ਪਤਾ 3 ਮਹੀਨੇ ਹੋ ਗਏ। ਕਿਤੇ ਨਾ ਕਿਤੇ ਤੁਰਿਆ ਕਰਦਾ ਨਾ ਸੈਰ ਸੂਰ ਤੇ,
ਅਸੀਂ ਉਹ ਵੀ ਲੈਣ ਗਿਆ ਹੋਣਾ ਤਾਚਾ ਟਾਈਮ ਨਾਲ ਹੀ ਫਿਰ ਟੀ ਬਣ ਜਾਣਾ ਮੰਡੀ ਆਉਣ ਦਾ ਫਾਇਦਾ ਕੀ ਹੋਇਆ ਜੀ ਉਹ ਜਿਮੀਦਾਰ ਕਣਕ ਵੇਚਣ ਆਏ ਆ ਅਸੀਂ ਤਾਂ ਆਪ ਮੰਡੀ ਜਾਂਦਾ ਇਸ ਦਿਨ ਭਾਲੀ ਜਾਂਦੇ ਆ ਜਿੱਥੇ ਤੇਰਾ ਮੋਟਰਸਾਈਕਲ ਖੜਾ ਸਰਾਂ ਲਿਖਿਆ ਹੋਇਆ ਉੱਤੇ ਹਾਂਜੀ ਕਾਂ ਪਰੋ ਇੱਕ ਤਾਂ ਆਪਣੀ ਕਾਰ ਦਾ ਸ਼ੀਸ਼ਾ ਵਾਲਾ ਜਿਆਦਾ ਸਾਫ ਨਾ ਤਾਂ ਕਰਕੇ ਕਲੀਅਰ ਹੋ ਜਾਂਦਾ ਗੱਲ ਪੱਤੀ ਵਾਲਾ ਦਾਤਾ ਆ ਗਿਆ ਨਾਜਵਤ ਨੂੰ ਦਾ ਕਿਵੇਂ ਅੱਛਾ ਇਹ ਕਹਿੰਗਾ ਜੀ ਰੀੜੀ ਲੈਣਾ ਗਾ ਮੰਡੀ ਵੱਜ ਗਾ ਨਿਕਾ ਜੇ ਦਾਦਾ ਗਾ ਦਾੜੀ ਤਾਂ ਚਿੱਟੀ ਹੋਈ ਪਈ ਆ ਕਿ ਨਹੀਂ ਚਾਚਾ ਹੈ ਤੇ ਤੂੰ ਆਇਆ ਹੀ ਨੀ ਤੂੰ ਮੈਨੂੰ ਉਦਣ ਕਹਿੰਦਾ ਹੀ ਮਾਊਂਗਾ ਚਾਚਾ ਕੱਲ ਨੂੰ ਆਏਗਾ ਚੱਲ ਕੱਲ ਨੂੰ ਵੇਖ ਜੂ ਬਾ ਠੀਕ ਆ ਬਾ ਠੀਕ ਆ ਜੀ ਦੁਪਹਿਰੇ ਦੁਪਹਿਰੇ ਅੱਜ ਤੁਹਾਡੇ ਬਾਈ ਨੇ ਨਾ ਸਾਰੇ ਕੰਮ ਕਰਾ ਦੇਣੇ ਰਜਾਈ ਵੀ ਚੱਕ ਕੇ ਲੈਣੇ ਘਰੇ ਤੇ ਪੈਂਚਰ ਵੀ ਲਵਾ ਦੇਣਾ ਨਿੱਤ ਹਵਾ ਭਰ ਭਰ ਤੰਗ ਹੋ ਗਏ ਸੀਗੇ ਖਾ ਪੀ ਕੇ ਸਾਡੀ ਹਵਾ ਭਰਨੀ ਪੈਂਦੀ ਉਦੋਂ ਪੰਪ ਵੀ ਨੀ ਵੱਜਦਾ ਉਹ ਬਾਈ ਬੱਲੇ 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 ਬਾਈ ਇੱਕ ਪੈਂਚਰ ਲਵਾਉਣਾ ਸੀ ਤਿੰਨ ਪੈਂਚਰ ਨਿਕਲੇ ਟਿਊਬਲੈਸ ਤਿੰਨ ਪੈਂਚਰ ਤੇ ਹਵਾ ਤਾਂ ਹੀ ਆਪਣੀ ਚਾਰਾਂ ਪੰਜਾਂ ਦਿਨਾਂ 'ਚ ਹੀ ਘੱਟ ਜਾਂਦੀ ਜੀ ਨਹੀਂ ਤਾਂ ਘੱਟੋ ਘੱਟ ਮਹੀਨਾ ਮਹੀਨਾ ਨਹੀਂ ਘੱਟਦੀ ਟਿਊਬਲੈਸ ਜੇ ਇੱਕ ਅੱਧਾ ਪੈਂਚਰ ਹੋਵੇ ਤੇ ਚਲੋ ਮੰਮੀ ਦੇ ਵੀਰ ਭਲਾਂ ਨੂੰ ਵੀ ਨਾਲ ਚੜਾਈਏ ਤੇ ਫਿਰ ਚੱਲਦੇ ਘਰੇ ਸੱਚ ਰਾਹ ਜਾਂਦੇ ਆਉਂਦੇ ਰਜਾਈ ਵੀ ਆਪਣੀ ਫੜਨੀ ਆ ਓ ਜੀ ਮੰਮੀ ਦੇ ਟੀਕਾ ਲਵਾ ਤਾ ਮੰਮੀ ਨੇ ਲਵਾਉਣਾ ਟੀਕਾ ਸੋ ਸਰੀਰ ਸੈੱਟ ਨਹੀਂ ਸੀਗਾ ਤੇ ਹੁਣ ਆਪਾਂ ਚੱਲਦੇ ਹਾਂ ਤਰਸੇਮ ਯਾਰ ਨਾਲ ਸਟੋਰ ਤੇ ਆ ਗਿਆ ਕਿਉਂਕਿ ਆਪਣੇ ਤਾਜੂ ਵਾਸਤੇ ਇੱਕ ਦੋ ਚੀਜ਼ਾਂ ਨਵੀਆਂ ਲੈਣੀਆਂ ਪੁੱਤੂ ਵਾਸਤੇ ਇੱਥੇ ਆ ਹੀ ਸੀਗਾ ਹਨਾ ਆ ਲਾ ਤੇ ਕਹਿੰਦੀ ਮੈਂ ਦੇਖ ਕੇ ਲੈ ਕੇ ਆਊਂਗੀ ਤਾਂ ਕਰਕੇ ਆਜਵਤ ਨੇ ਆਪਣੇ ਨਜ਼ਾਰੇ ਜਿੱਦਣ ਦੀ ਹੋਈ ਹੈਗੀ ਨਿੱਤ ਨਵੇਂ ਤੋਂ ਨਵੇਂ ਸੂਟ ਹੀ ਆਉਂਦੇ ਸਹੀ ਗੱਲ ਆ ਨਿੱਤ ਬਦਲ ਬਦਲ ਹੀ ਪਾਉਂਦੀ ਹੈਗੀ ਜਿੱਦਣ ਦੀ ਹੋਈ ਆਪਾਂ ਲੈਣ ਬਾਰੇ ਸੋਚੇ ਨੀ ਆਪਦੇ ਐ ਚਲੋ ਇਹਦੇ ਲੱਗੇ ਵੱਡਾ ਨਾ ਹੋਊਗਾ ਬਾਲਾ ਕਿੰਨੇ ਵਾਲਾ ਪੰਜਾਬੀ ਦਾ ਚਾਦਰ ਸੋਹਣਾ ਚੱਲ ਫੇਰ ਪੈ ਜੂਗਾ ਗਾਂ ਜਾ ਕੇ ਪੈ ਜੂਗਾ ਯਾਰ ਜਦੋਂ ਏਸੀ ਊਸੀ ਚ ਏਸੀ ਊਸੀ ਚ ਪੈ ਹੀ ਜਾਇਆ ਕਰੂ ਆ ਕਿਵੇਂ ਇੱਕੋ ਜਿਹੀ ਆ ਪੀਤੇ ਸਾਇਜ਼ ਤਾਂ ਲੈ ਚੈੱਕ ਵੀ ਕਰਨ ਜਾ ਉੜੀ ਪੀਤੇ ਇੱਥੇ ਨੀ ਫਾਇਦਾ ਪੀਤੇ ਨਹੀਂ ਯਾਰ ਉਹ ਪਤਾ ਹੀ ਹੁਣ ਆਪਾਂ ਨੂੰ ਗਿੱਠ ਦੀਆਂ ਤਾਂ ਲੱਤਾਂ ਉਹਦੀਆਂ ਵਿਚਾਰੀ ਦੀਆਂ ਗਿੱਠ ਦੀਆਂ ਕਿਤੋਂ ਅੱਧੀ ਗਿੱਠ ਤੇ ਪੈਂਚਰ ਲਵਾਉਣ ਤੋਂ ਬਾਅਦ ਲੈ ਗਿਆ ਆਪਣੇ ਤਾਜਵਤ ਨੂੰ ਦੇ ਦੋ ਨਵੇਂ ਜੇ ਸੂਟ ਜਿਹਦੇ ਸਾਰੀ ਕਵਰ ਜੀ ਹੋ ਜਾ ਕਰੇ ਉਹ ਤੋਂ ਬਾਅਦ ਹੁਣ ਚੱਲਿਆ ਘਰੇ ਜਾਂਦੇ ਜਾਂਦੇ ਹਜੇ ਮੈਨੂੰ ਰਜਾਈ ਵਾਲਾ ਕਹਿੰਦਾ ਬਈ ਯਾਰ ਐਂ ਕਰੀ ਕੱਲ ਨੂੰ ਮੈਂ ਲਿਆਊਂਗਾ ਕੱਲ ਨੂੰ ਲੈ ਜੀ ਮੈਂ ਕਿਹਾ ਨਹੀਂ ਯਾਰ ਹੁਣ ਤਾਂ ਨਾ ਮੈਂ ਤੜਕੇ ਜਾਣਾ ਬਾਹਰ ਤੇ ਅੱਜ ਮੈਂ ਕੰਮ ਕਰਕੇ ਜਾਣਾ ਮੈਂ ਦੋ ਮਹੀਨੇ ਬਾਅਦ ਚ ਮੁੜਨਾ ਨੀ ਗਾ ਹੋ ਸਕਦਾ ਮੈਂ ਕਿਹਾ ਉਦੋਂ ਠੰਡ ਹੀ ਸਟਾਰਟ ਹੋ ਜੇ ਰਜਾਈ ਲੈਣ ਦਾ ਟਾਈਮ ਆ ਜੇ ਮੈਂ ਤੂੰ ਅੱਜ ਹੀ ਦੇ ਦੇ ਮੈਨੂੰ ਕਹਿੰਦਾ ਫਿਰ ਐਂ ਕਰ ਬਾਈ ਬਣ ਕੇ ਘਰੋਂ ਫੜ ਲਈ ਜਾਂਦਾ ਮੈਂ ਕਿਹਾ ਇਹ ਮੈਂ ਕੰਮ ਕਰ ਸਕਦਾ ਮੈਂ ਘਰੋਂ ਫੜ ਦੇਣਾ ਤੇ ਚਲੋ ਵੀ ਇਹਨੇ ਘਰੋਂ ਫੜ ਦੇ ਰਜਾਈ ਆਪਣੀ ਤੇ ਮੰਮੀ ਹੋਰਾਂ ਫੋਨ ਆ ਜਾਂਦਾ ਕਹਿੰਦੇ ਆ ਜਾਓ ਧਾਰਾਂ ਚੋੜ ਕੇ ਉਹਨਾਂ ਨੂੰ ਕੀ ਪਤਾ ਸਾਡੀ ਨਿੱਕੀ ਜੀ ਜਾਨ ਨੂੰ ਕਿੰਨੇ ਸਿਆਪੇ ਪਏ ਵੇ ਹਨਾ ਲੋ ਵੀ ਕਹਿੰਦੇ ਚੱਕ ਲਓ ਢੋਲ ਪਾ ਦਿਓ ਬੋਲੀਆਂ ਪਾ ਦਿਓ ਗਾਂ ਮੇਰੇ ਪੰਜਾਬੀ ਵੀਰੋ ਆਪਣੀ ਰਜਾਈ ਆ ਜਿਹੜੀ ਫਾਈਨਲੀ ਅੱਜ 3 ਮਹੀਨਿਆਂ ਦੇ ਬਾਅਦ ਘਰੇ ਪਹੁੰਚ ਚੁੱਕੀ ਹੈ ਏਸੀ ਛੱਡੇ ਜਾਣਗੇ ਰਜਾਈਆਂ ਲੰਗਾ ਜਾਣਗਾ ਨਜ਼ਾਰਾ ਆ ਜਾਊਗਾ ਬੱਲੇ ਬੱਲੇ ਹੋ ਜਾਣੀ ਹੈ ਜਵਾਨ ਛੱਡਣ ਦੇ ਨੇ ਕਿਉਂ ਨਹੀਂ ਛੱਡਣ ਦੇ ਨੇ ਹਾਂ ਜੇ ਰਜਾਈ ਲੈ ਲੈ ਮਤਲਬ ਏਸੀ ਹੁਣ ਕਰ ਲਓ ਬਿਮਾਰ ਨਾ ਹੋ ਜਾਓ ਪੱਕੇ ਦਲੇ ਪਿਆ ਕਰੋ ਨਹੀਂ ਛੱਡਣੇ ਇਹ ਜਿਹੜਾ ਸੋਨੀ ਕਿਸੇ ਨੇ
ਤੁਸੀਂ ਤਾਂ ਇੱਧਰ ਪੈਣਾ ਗਾ, ਮੈਂ ਤਾਂ ਕੱਲਾ ਪੈ ਜਾ ਕਰੂੰ ਉਧਰ, ਆ ਤਾਂ ਛੱਡ ਗਏ ਸੀ ਮੈਂ, ਲੋਕ ਵੀ ਲੱਗ ਜਾ ਕੇ ਬੱਲੇ 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 ਹਾਂ ਤਾਜੂ ਦੇ ਕੱਪੜੇ ਦੇਖ ਲੈ, ਆਹੋ ਦੇਖ ਉਧਰ ਮੈਂ ਕਿਹਾ ਤੁਹਾਨੂੰ ਕਹੇ ਨਾ ਗਰਮੋ ਗਰਮ ਹੈ ਪਿੰਨ ਮੇ ਹੋਏ ਦਵਿੰਦਰੂ ਕੁੜੀ ਲੈ ਤਾਂ ਗਈ ਅਮਿੰਦਰ ਦੇਖ ਲੈ ਤੁਮੀ ਟੂ ਸੂਟਸ ਆਫ ਆਰਕਿਡ ਇਹਨੂੰ ਉਹ ਕਰਦੇ ਆ ਵਾਸ਼ ਕਰਨੇ ਪਹਿਲਾਂ ਕਰ ਦੋ ਵਾਸ਼ ਲਓ ਜੀ ਫਿਰ ਖਾਲੀ ਦਾਲ ਓ ਜੀ ਸਾਹਿਬ ਜੀ ਆਜ ਦੀ ਗਾ ਤੂੰ ਜੀ ਇੰਨਾ ਅੱਜ ਗਾ ਤੂੰ ਜਾਂਦੀ ਤੂੰ ਦੱਸੀ ਮੈਨੂੰ ਕਦੋਂ ਥੱਲੇ ਨੂੰ ਮੂੰਹ ਕਰਕੇ ਹੁਣ ਜਦੋਂ ਮੈਂ ਕਿਹਾ ਖਾਲੀ ਦਾਲ ਚਲੋ ਵੀ ਖੋਲੋ ਜੀ ਬਾਹਰ ਕੰਬਲ ਦਾ ਵੀ ਘਰੇ ਧੋਵਾਂਗੇ ਮੈਂ 500 ਦਿਨ ਉੱਥੇ ਹਾਂਜੀ ਹਾਂ ਬੈਫੇ ਹਾਂ ਬੈਫੇ ਕੋਈ ਨੀ ਕੰਬਲ ਵੀ ਧਵਾ ਦਿਆਂਗੇ ਬੈਫੇ ਉਹ ਬਾਹਰ ਉਹ ਚਲਾਓ ਉਹ ਲਾਈਟ ਲੂਟ ਜਮੇ ਨੀ ਰਗਾ ਪਾ ਇੱਥੇ ਅਸੀਂ ਪਹੁੰਚ ਗਏ ਉੱਥੇ ਤਾਂ ਸਾਰੀਆਂ ਲਾਈਟਾਂ ਜਗਨ ਲੱਗ ਜਾਂਦੀਆਂ ਗਾ ਸੜਕਾਂ ਤੇ ਲੋਕ ਖੜ ਜਾਂਦੇ ਹੈਗੇ ਕਿਉਂ ਵੇਖਿਆ ਅਸੀਂ ਤਾਂ ਜਿੱਥੇ ਪਹੁੰਚ ਗਏ ਸਾਰਾ ਰਸਨਾ ਦਿੰਦੇ ਹਾਂ ਸਾਰਾ ਕੁਛ ਚੱਲ ਇਹ ਤਾਂ ਪੈਕਿੰਗ ਹੀ ਆ ਜੀ ਕਿਹੜਾ ਕੁਛ ਹੋਇਆ ਬੱਲੇ 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 ਲਓ ਜੀ ਅੱਜ ਆਪਾਂ ਕਿਤੇ ਵੀ ਸ਼ਾਮ ਨੂੰ ਆ ਕੇ ਨਹੀਂ ਗਏ ਬਾਹਰ ਸੋ ਘਰੇ ਪਏ ਆਰਾਮ ਦਾ ਇਹਨਾਂ ਨਾਲ ਇੱਕ ਸੀਰੀਜ਼ ਆਈ ਹੈਗੀ ਨਵੀਂ ਦਾ ਲਾਸਟ ਏਅਰ ਬੈਂਡਰ ਨੈੱਟਫਲਿਕਸ 'ਤੇ ਤੁਸੀਂ ਵੀ ਦੇਖੋ ਬਹੁਤ ਸੋਹਣੀ ਉਹ ਆਪਾਂ ਦੇਖ ਰਹੇ ਹਾਂਗੇ ਅਤੇ ਕਰੇਲੇ ਬਣੇ ਅੱਜ ਆਪਣੇ ਭਰਮੇ ਸੋ ਦੱਸਿਓ ਫਿਰ ਕਮੈਂਟ ਕਰਕੇ ਕਿਹਨੂੰ ਕਿਹਨੂੰ ਭਰਮੇ ਕਰੇਲੇ ਪਸੰਦ ਆਗੇ ਅਤੇ ਆਪਾਂ ਤਾਂ ਲੱਗਦੇ ਹਾਂ ਛਕਣ ਕਿਉਂਕਿ ਨਾਮ ਲੈ ਕੇ ਨਾ ਮੂੰਹ ਦੇ ਵਿੱਚ ਪਾਣੀ ਆਉਣ ਲੱਗ ਜਾਂਦਾ ਅਤੇ ਬਾਕੀ ਅੱਜ ਦੇ ਵਲੋਗ ਦਾ ਕਰਨ ਲੱਗੇ ਹਾਂ ਬਈ ਇੱਥੇ ਐਂਡ ਜਿਨ੍ਹਾਂ ਨੇ ਇੱਥੋਂ ਤੱਕ ਵੀਡੀਓ ਦੇਖ ਕੇ ਲਾਈਕ ਕੀਤੇ ਬਿਨਾਂ ਬਿਲਕੁਲ ਨਾ ਜਾਇਓ ਜਿਹੜੇ ਜਿਹੜੇ ਵੀ ਚੈਨਲ 'ਤੇ ਨਵੇਂ ਜੁੜੇ ਆ ਕਰ ਲਿਓ ਸਬਸਕ੍ਰਾਈਬ ਸੋ ਵੀਡੀਓ ਲਾਈਕ ਸ਼ੇਅਰ ਅਤੇ ਕਮੈਂਟ ਕਰਿਆ ਕਰੋ ਦੱਬ ਕੇ ਮਿਲਦੇ ਹਾਂ ਬਈ ਫਿਰ ਕੱਲ੍ਹ ਨੂੰ ਇੱਕ ਹੋਰ ਨਵੇਂ ਜਿਹੇ ਵਲੋਗ ਨਾਲ ਟਿਲ ਦਿਨ ਬਾਬਾ ਟੇਕ ਕੇਅਰ ਗੁੱਡ ਨਾਈਟ ਗੁੱਡ ਨਾਈਟ ਗੁੱਡ ਨਾਈਟ।